بسم اللہ الرحمن الرحیم تمام دوست میرے بھائی میرے چاہنے والے سب دوستاں نوں میری طرفوں اسلام علیکم تو بھائی میرے 200 باؤنڈز اپنا ڈراپ لے کرنا ہے فیصل آباد دا ڈراے 15 تاریخ تیسرا مہینہ سن 2023 نوں ڈراپ لے ہونا ہے اج میں اپنے بھائیاں واسطے بڑی پیاری بہت ہی زبردست سیٹ لے کے آ ان شاء اللہ میرے دوستاں پسند آ سی کوشش کیتا کرو بھائی ویڈیو پوری دیکھا کرو ਸਾਡਾ ਕੰਮ ਹੈ ਰੂਟੀਨ ਦੇ ਮੁਤਾਬਕ ਤੁਹਾਨੂੰ ਚੀਜ਼ ਦਿਖਾਣੀ ਲਾਣਾ ਸਾਡਾ ਕੰਮ ਨਹੀਂਗਾ ਜੋ ਸੈੱਟ ਅੱਛੇ ਤਰੀਕੇ ਨਾਲ ਲੱਗ ਰਿਹਾ ਉਹ ਹੀ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਨਾ ਹੈ ਉਹ ਆਵੇ ਤੇ ਪਾਵੇ ਨਾ ਆਵੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੈੱਟ ਅੱਛਾ ਹੋਵੇ ਕਿ ਜਿੰਨੇ ਲੱਗਣ ਦੇ ਚਾਂਸ ਹੋਣ ਅੱਜ ਤੋਂ ਟ੍ਰੀਨ ਮੈਂ ਆਪਣੇ ਭਾਈਆਂ ਵੱਸੇ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਲੈ ਕੇ ਆਇਆ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦਾ ਆਸੀ ਚਲਦੇ ਭਾਈ ਮੇਰੇ ਪਰ ਰੂਟੀਨ ਵੱਲੇ ਆ ਫੈਸਲਾਬਾਦ ਦਾ ਡਰਾਈ ਬਾਈ ਮੇਰੇ ਫੈਸਲਾਬਾਦ 2 ਫੈਸਲਾਬਾਦ ਦੀ ਰੂਟਿਨ ਵਖਾਣੀ ਆ ਆਪਣੇ ਭਾਈਆਂ ਨੂੰ ਐ ਭਾਈ ਮੇਰੇ ਫੈਸਲਾਬਾਦ ਦੇ ਟੋਟਲ ਸ਼ਹਿਰ ਫੈਸਲਾਬਾਦ ਸ਼ਹਿਰ ਦੇ ਟੋਟਲ ਡਰਾ ਲਿਖੇ ਹੋਏ ਨੇ ਅੱਜ ਲਾਖੜਾ 13 15 53 ਇਹ ਟੋਟਲ ਡਰਾ ਮੈਂ ਲਿਖ ਦਿੱਤੇ ਨੇ ਭਾਈ ਲਿਖੇ ਹੋਏ ਨੇ ਗ੍ਰਾਫ ਦੀ ਪਿਛਲੀ ਸਾਈਡ ਤੇ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰਾਂ ਦੇ ਡਰਾ ਲਿਖੇ ਹੁੰਦੇ ਨੇ ਸਭ ਤੋਂ ਪਹਿਲੇ ਨਾ ਭਾਈ ਮੇਰੇ ਇਹ ਤਿੰਨ ਦਾ ক্লোਜ਼ ਲੱਗਾ ਹੈ ਫੈਸਲਾਬਾਦ ਸ਼ਹਿਰ ਤੇ ਇਹਨਾਂ ਦਾ ক্লোਜ਼ ਆਇਆ ਥੱਲੇ ਪਾ ਡਰਾ ਕਰਨਾ ਸੀ ਫਿਰ ਭਾਈ ਮੇਰੇ ਇਹ ਤਿੰਨ ਦਾ ক্লোਜ਼ ਲੱਗਿਆ ਥੱਲੇ ਪਾ ਡਰਾ ਕਰਨਾ ਸੀ ਫਿਰ ਭਾਈ ਮੇਰੇ ਇਹ ਤਿੰਨ ਦਾ ক্লোਜ਼ ਲੱਗਿਆ ਥੱਲੇ ਪਾ ਡਰਾ ਕਰਨਾ ਸੀ ਅੱਜ ਆ ਤਿੰਨ ਦਾ ক্লোਜ਼ ਲੱਗ ਚੁੱਕਿਆ ਥੱਲੇ ਪਾ ਇੱਥੇ ਡਰਾ ਪਲੇ ਕਰਨਾ ਹੈ ਭਾਈ ਤੇ ਮੈਂ ਆਪਣੇ ਦੋਸਤਾਂ ਆਪਣੇ ਭਾਈਆਂ ਨੂੰ ਸਿੰਗਲ ਆਕੜੇ ਦੀ ਰੁਟੀਨ ਵਿਖਾਣੀ ਹੈ ਫੈਸਲਾਬਾਦ ਦਾ ਡਰਾ ਹੈ 200 ਬੌਂਡ ਹੈ 15 ਤਰੀਕ ਤੀਸਰਾ ਮਹੀਨਾ ਸੰ 2023 ਹੈ ਇਹ ਸ਼ਬੀਰ ਸਿੰਘ ਮੇਰਾ ਨਾਮ ਹੈ ਭਾਈ ਮੇਰੇ ਰੂਟਿਨ ਇਸ ਤਰ੍ਹਾਂ ਹੈ ਇਹ ਫੈਸਲਾਬਾਦ ਭਈ ਲੱਗਿਆ ਹੈ ਫੈਸਲਾਬਾਦ ਦੇ ਡਰਾ ਨੇ ਤੇ ਤਿੰਨ ਦਾ ক্লোਜ਼ ਪਹਿਲੀ ਦਫਾ ਲੱਗਿਆ ਇਹਦੇ ਕਰਾਸ ਚ ਪਰ ਰਾਤ ਥੱਲੇ ਕਰਨਾ ਸੀ ਇਹਦੇ ਥੱਲੇ ਪਰ ਡਰਾ ਪਲੇ ਕਰਨਾ ਸੀ ਸਿੰਗਲ ਇੱਕ ਦਾ ਉਪਰ ਲੱਗਣਾ ਸੀ ਇਹ ਭਈ ਮੇਰੇ 19 ਦਾ ਅਕੜੇ ਨੇ ਲਾਤਾ ਇਹ ਤਿੰਨ ਲੱਗਿਆ ਥੱਲੇ ਪਰ ਡਰਾ ਕਰਨਾ ਸੀ ਇਹ 10 ਦਾ ਅਕੜਾ ਲਾਤਾ ਇਹਨੇ ਭਾਈ ਓਪਨ ਕੱਲਾ ਹੀ ਇੱਕ ਦਾ ਇਹ ਤਿੰਨ ਦਾ ক্লোਜ਼ ਲੱਗਿਆ ਭਈ ਮੇਰੇ ਥੱਲੇ ਪਰ ਡਰਾ ਕਰਨਾ ਸੀ 18 ਦਾ ਅਕੜਾ ਲੱਗ ਗਿਆ ਓਪਨ ਕੱਲਾ ਹੀ ਇੱਕ ਦਾ ਅੱਜ ਭਾਈ ਮੇਰੇ ਇਹ ਤਿੰਨ ਦਾ ਕਲੋਜ਼ ਲੱਗ ਚੁੱਕਿਆ ਥੱਲੇ ਪੈ ਇੱਥੇ ਡਰਾਪਲੇ ਕਰਨਾ ਕੱਲਾ ਹਿੱਕ ਦਾ ਕਹਿੰਦਾ ਕਿ ਰੂਟੀਨ ਦੇ ਮੁਤਾਬਕ ਸਿੰਗਲ ਓਪਨ ਇੱਕ ਦਾ ਲਾਓ ਇਹ ਫੈਸਲਾਬਾਦ ਖੁਦ ਕਹਿ ਰਿਹਾ ਭਾਈ ਮੇਰੇ ਰੂਟੀਨ ਕਹਿ ਰਹੀ ਏ ਸਾਡੇ ਤੋਂ ਹਟ ਕੇ ਰੂਟੀਨ ਕਹਿ ਰਹੀ ਏ ਕਿ ਸਿੰਗਲ ਓਪਨ ਇੱਕ ਦਾ ਪਲੇ ਹੋਵੇ ਫੈਸਲਾਬਾਦ ਨੂੰ ਕਰਨਾ ਚਾਹੀਦਾ ਕਿਉਂਕਿ ਇਹਨੇ ਅੱਜ ਤਿਕਨ ਇਹ ਤਿੰਨ ਲੱਗਿਆ ਥੱਲੇ ਇੱਕ ਦਾ ਓਪਨ ਇਹ ਤਿੰਨ ক্লোਜ਼ ਲੱਗਿਆ ਥੱਲੇ ਇੱਕ ਦਾ ਓਪਨ ਇਹ ਤਿੰਨ ক্লোਜ਼ ਲੱਗਿਆ ਥੱਲੇ ਇੱਕ ਦਾ ਓਪਨ ਅੱਜ ਭਾਈ ਮੇਰੇ ਇਹ ਤਿੰਨ ਦਾ ক্লোਜ਼ ਲੱਗ ਚੁਕੇ ਆ ਥੱਲੇ ਕਹਿੰਦਾ ਕਿ ਇੱਕ ਦਾ ਓਪਨ ਲੱਗੇ ਹੁਣ ਮੈਂ ਆਪਣੇ ਭਾਈਆਂ ਨੂੰ ক্লোਜ਼ ਦੀ ਰੀਤ ਨੁਖਾਣਾ ਜਦੋਂ ਭਾਈ ਮੇਰੇ ਇਹ ਤਿੰਨ ਦਾ ক্লোਜ਼ ਲੱਗਿਆ ਹੈ ਨਾ ਇਹਦੇ ਬੈਕ ਆਕੜੇ ਦਾ ਆਪਾਂ ਫਰਕ ਲੈਣਾ ਹੈ ਇਹ ਫਰਕ ਇਹ ਤਿੰਨ ਤਿੰਨ ਤੋਂ ਇੱਕ ਵਧਾਵਾਂਗੇ 4 4 ਦਾ ਗਰਨੋਂ ਕੱਲਾ ক্লোਜ਼ ਲੱਗਣਾ ਸੀ ਭਾਈ ਇਹ 19 ਦਾ ਆਕੜਾ ਲੱਗਿਆ ਭਾਈ ਮੇਰੇ ਫਿਰ ਭਾਈ ਮੇਰੇ ਇਹ ਤਿੰਨ ਲੱਗੇ ਇਹਦੇ ਬੈ ਕਾਕੜੇ ਦਾ ਫਰਕ ਹੈ 15 ਦਾ ਫਰਕ ਹੈ 4 4 ਤੋਂ ਇਕ ਵਦਾਵਾਂਗੇ 5 5 ਦਾ ਘਰ 0 ਕੱਲਾ ক্লোਜ਼ ਲਗਣਾ ਸੀ ਭਾਈ ਇਕ ਦੇ ਉੱਪਰ ਨਾਲ ਫਿਰ ਭਾਈ ਮੇਰੇ ਇਹ ਸਾਕੜੇ ਦਾ ਫਰਕ ਹੈ 2 2 ਤੋਂ ਇਕ ਵਦਾਵਾਂਗੇ 3 3 ਦਾ ਘਰ 8 ਕੱਲਾ ক্লোਜ਼ ਲਗਣਾ ਸੀ ਭਾਈ 18 ਦਾ ਅਕੜਾ ਲੱਗ ਗਿਆ ਅੱਜ ਭਾਈ ਮੇਰੇ ਫਰਕ 4 ਆ ਗਿਆ 4 ਤੋਂ ਇਕ ਵਦਾਵਾਂਗੇ 5 5 ਦਾ ਘਰ 0 ਕਹਿੰਦਾ ਇੱਥੇ ਕੱਲੀ ক্লোਜ਼ ਲਾਓ ਆਰਟੀਨ ਦੇ ਮੁਤਾਬਕ ਭਾਈ ਮੇਰੇ ਇਹ ਤਿੰਨ ਲੱਗਿਆ ਥੱਲੇ ਇੱਕ ਦਾ ਓਪਨ ਲੱਗਣਾ ਸੀ ਇਹ ਬੈਕ ਆਕੜੇ ਦਾ ਫਰਕ ਸੀ ਤਿੰਨ ਤੈਨੂੰ ਤਾਂ ਇੱਕ ਵਧਾਵਾਂਗੇ ਚਾਰ ਚਾਰ ਦਾ ਕਰ 9 ਕੱਲਾ ক্লোਜ਼ ਲੱਗਣਾ ਸੀ ਭਾਈ ਮੇਰੇ ਇੱਕ ਦੇ ਓਪਨ ਨਾਲ 19 ਦਾ ਅਕੜਾ ਲੱਗ ਗਿਆ ਫਿਰ ਆ ਕੇ ਭਾਈ ਮੇਰੇ ਇਹ ਤਿੰਨ ਦਾ ক্লোਜ਼ ਲੱਗਿਆ ਥੱਲੇ ਇੱਕ ਦਾ ਓਪਨ ਲੱਗਣਾ ਸੀ ਇਹਦਾ ਬੈਕ ਆਕੜੇ ਦਾ ਫਰਕ 4 ਸੀ 4 ਤੋਂ ਇੱਕ ਵਧਾਵਾਂਗੇ 5 5 ਦਾ ਕਰ 0 ਕੱਲੀ ক্লোਜ਼ ਲਗਣੀ ਸੀ 10 ਦਾ ਅਕੜਾ ਲੱਗ ਗਿਆ ਭਾਈ ਫਿਰ ਭਾਈ ਮੇਰੇ ਇਹ ক্লোਜ਼ ਲੱਗਿਆ ਤਿੰਨ ਦਾ ਇਹਦੇ ਥੱਲੇ ਪਰ ਡਰਾ ਕਰਨਾ ਸੀ ਇੱਕ ਦਾ ਓਪਨ ਲੱਗਣਾ ਸੀ ਬੈਕ ਆਕੜੇ ਦਾ ਫਰਕ ਤਿੰਨ ਸੀ ਤਿੰਨ ਤੋਂ ਇੱਕ ਵਦਾਵਾਗੇ 4 ਅ ਸੌਰੀ 2 ਫਰਕ 2 ਸੀ 2 ਤੋਂ ਇੱਕ ਵਦਾਵਾਗੇ 3 3 ਦਾ 18 ਕੱਲਾ ক্লোਜ਼ ਲੱਗਣਾ ਸੀ ਭਾਈ ਮੇਰੇ ਇੱਕ ਦੇ ਉੱਪਰ ਨਾਲ 18 ਦਾ ਆਕੜਾ ਲੱਗ ਗਿਆ ਅੱਜ ਕਹਿੰਦਾ ਕਿ ਇੱਕ ਦਾ ਓਪਨ ਲਾਵੋ ਫਰਕ 4 ਰਿਹਾ ਹੈ 4 ਤੋਂ ਇੱਕ ਵਦਾਵਾਗੇ 5 5 ਦਾ ਘਰ 0 ਕੱਲੀ ਇੱਥੇ ক্লোਜ਼ ਲਾਓ ਰੂਟੀਨ ਦੇ ਮੁਤਾਬਕ ਸਿੰਗਲ ক্লোਜ਼ ਭਾਈ ਮੇਰੇ ਇੱਕ ਦਾ ਸੌਰੀ ক্লোਜ਼ 0 ਦਾ ਰੂਟੀਨ ਕਰੀਏ ਇੱਕ ਜ਼ੀਰੋ ਦਾ ক্লোਜ਼ ਲਾਓ ਇੱਕ ਦਾ ਓਪਨ ਲਾਓ ਇੱਕ ਹੀ ਆਕੜਾ ਬਣਦਾ ਬਾਈ ਮੇਰੇ ਫਸਟ ਵਾਸਤੇ ਹੈਗਾ ਤੇ ਫਸਟ ਹੀ ਆਪਣੇ ਭਾਈਆਂ ਨੂੰ ਕਮਾਂਗਾ ਕਿ ਫਸਟ ਹੀ ਖੇਲਣਾ ਹੈ ਅਗਰ ਮੇਰੇ ਕਿਸੇ ਦੋਸਤ ਮੇਰੇ ਭਾਈ ਨਾਲ ਮੈਚ ਕਰੇ ਤੇ ਇਹ ਸਿੰਗਲ ਆਕੜਾ ਬਾਈ ਮੇਰੇ 10000 ਰੂਟੀਨ ਦੇ ਮੁਤਾਬਕ ਇਹ ਨਿਕਲਿਆ ਮੈਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ ਰੂਟੀਨ ਦੀ ਸਮਝ ਆਏਗੀ ਹੋਵੇਗੀ ਮੇਰੇ ਦੋਸਤਾਂ ਮੇਰੇ ਭਾਈਆਂ ਨੂੰ ਅਚੀ ਲੱਗੇ ਰੂਟੀਨ ਪਸੰਦ ਆਵੇ ਤਾਂ ਤੁਸੀਂ ਆਕੜੇ ਨੂੰ ਪਲੇ ਕਰਨਾ ਹੈ ਅਦਰਵਾਈਜ਼ ਤੁਸੀਂ ਛੋੜ ਸਕਦੇ ਹੋ ਤੁਹਾਨੂੰ ਪਸੰਦ ਨਾ ਆਵੇ ਤੁਸੀਂ ਇਗਨੋਰ ਕਰ ਦਿਓ ਜੇ ਮੇਰਾ ਕੰਮ ਰੂਟੀਨ ਦੇ ਮੁਤਾਬਕ ਨਿਕਲਿਆ ਤਾਂ ਮੈਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ ਇਹ ਕੋਈ ਆਕੜਾ ਭਾਈ ਮੇਰੇ ਅੱਛੇ ਸੈੱਟ ਦੇ ਮੁਤਾਬਕ ਇੱਥੋਂ ਚੱਲਿਆ ਭਾਈ ਮੇਰੇ ਚਾਰ ਦਫਾ ਭਾਈ ਮੇਰੇ ਤਿੰਨ ਦਾ ਕਲੋਜ਼ ਲੱਗਿਆ ਔਰ ਇੱਕ ਹੀ ਆਕੜਾ ਲੱਗ ਰਿਹਾ ਹੈ ਸੰ 2000 ਤੋਂ ਲੱਗ ਤੇ ਹੁਣ ਤੱਕ ਅਨ ਬ੍ਰੇਕ ਰੂਟੀਨ ਜਿਹੜੀ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰ ਦਿੱਤੀ ਹੈ ਰੂਟੀਨ ਅੱਛੀ ਲੱਗੇ ਨਾ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫਾਲੋ ਕਰ ਲਿਆ ਜੇ ਤੱਕ ਸਾਡੀ ਨਵੀਂ ਵੀਡੀਓ ਆਵੇ ਨਾ ਮੇਰੇ ਭਾਈਆਂ ਤੱਕ ਜਲ ਤੋਂ ਜਲਦ ਪਹੁੰਚੇ। ਤੋਂ ਇਨਸ਼ਾਅੱਲਾ ਅੱਲਾ ਦੁਕਾਨ ਨਾਲ ਅਗਲੀ ਵੀਡੀਓ ਬਹੁਤ ਜ਼ਬਰਦਸ ਬੜਾ ਅੱਛਾ ਸੈਟ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।